ਵੇਖੋ ਜੀ, ਇਹ ਜਿਹੜੇ ਸਾਡੇ ਐਮ ਐਲ ਏ ਨੇ ਕਾਂਗਰਸ 'ਚ ਜਾ ਰਹੇ ਨੇ, ਉਹਨਾਂ ਦੀ ਸੋਚਣੀ ਆ, ਲੋਕਾਂ ਦੇ ਨਾਲ ਉਹਨਾਂ ਨੇ ਧੋਖਾ ਕੀਤਾ ਵਾ, ਜਨਤਾ ਉਹਨਾਂ ਨੂੰ ਜਵਾਬ ਦੇਵੇਗੀ। ਤੁਸੀਂ ਵੇਖ ਹੀ ਰਹੇ ਜੇ ਜਿਹੜੇ ਜਿਹੜੇ ਗਏ ਨੇ, ਕੁੱਤੇ ਖਾਣ ਵੀ ਚੰਗੀ ਉਹਨਾਂ ਦੀ ਹੋ ਰਹੀ ਆ। ਸੋ ਮਤਲਬ ਇਹ ਉਹਨਾਂ ਦੀ ਸੋਚ ਆ, ਰੱਬ ਜਾਣਦਾ ਕਿ ਕੀ ਹੋਇਆ ਕੀ ਨਹੀਂ, ਬਟ ਕੰਮ ਉਹਨਾਂ ਨੇ ਮਾੜਾ ਕੀਤਾ, ਲੋਕਾਂ ਦੇ ਨਾਲ ਧੋਖਾ ਕੀਤਾ, ਕਿਉਂਕਿ ਉਹਨਾਂ ਨੂੰ ਐਮ ਐਲ ਏ ਆਮ ਆਦਮੀ ਪਾਰਟੀ ਦੇ ਕਰਕੇ ਬਣਾਇਆ ਗਿਆ ਸੀ, ਕੋਈ ਆਪਣੇ ਵਜੂਦ ਦੇ ਕਰਕੇ ਨਹੀਂ। ਇਹ ਰੋਡ ਸ਼ੋਅ ਨਹੀਂ ਹੈ ਜੀ, ਸਿਰਫ ਅਸੀਂ ਮੈਸੇਜ ਦੇਣ ਜਾ ਰਹੇ ਹਾਂ ਨਾ ਧਨਾੜ ਪਾਰਟੀਆਂ ਨੂੰ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਵਲੰਟੀਅਰ ਨੇ, ਇਹਨਾਂ ਵਾਂਗੂ ਕਰੋੜਾਂ ਦੀ ਗੱਡੀਆਂ 'ਚ ਪ੍ਰਚਾਰ ਨਹੀਂ ਕਰਨਗੇ, ਆਪਣੇ 20-30 ਹਜ਼ਾਰ ਦੇ ਮੋਟਰਸਾਈਕਲ, ਇਹ ਲੋਕਾਂ ਦਾ ਪਿਆਰ ਆ, ਉਹ ਜਿੰਨੇ ਜੋਗੇ ਨੇ, ਉਹਨਾਂ ਕੋਲ ਗੱਡੀਆਂ ਨਹੀਂ ਆ। ਪਰ ਮੇਰੇ ਚੋਣ ਪ੍ਰਚਾਰ ਦੇ ਲਈ ਉਹਨਾਂ ਨੇ ਕਿਹਾ ਕਿ ਭਾਜੀ ਸਾਡੇ ਕੋਲ ਮੋਟਰਸਾਈਕਲ ਨੇ ਅਤੇ ਅਸੀਂ ਚੋਣ ਪ੍ਰਚਾਰ ਤੁਹਾਡੇ ਨਾਲ ਮੋਟਰਸਾਈਕਲਾਂ ਦੇ ਕਰਾਂਗੇ। ਔਰ ਅੱਜ ਹਲਕਾ ਕਾਦੀਆ ਕੱਢਾਂਗੇ, ਕੱਲ੍ਹ ਬਟਾਲਾ, ਫਿਰ ਪਰਸੋਂ ਸਿਰਫ ਹਲਕੇ ਦੇ ਵਲੰਟੀਅਰ। ਅਸੀਂ ਰੋਡ ਸ਼ੋਅ ਨਹੀਂ ਕਰ ਰਹੇ, ਜਿਸ ਦਿਨ ਰੋਡ ਸ਼ੋਅ ਹੋਏਗਾ ਮੋਟਰਸਾਈਕਲ 5,000 ਤੋਂ ਪਲੱਸ ਹੋਏਗਾ। ਇਹ ਅਜੇ ਸਿਰਫ ਸਾਡੇ ਵਲੰਟੀਅਰ ਨੇ ਜਿਹੜੇ ਡੋਰ ਟੂ ਡੋਰ ਅਸੀਂ ਪਿੰਡਾਂ 'ਚ ਜਾ ਕੇ ਮੈਸੇਜ ਦੇ ਰਹੇ ਹਾਂ। ਵੇਖੋ, ਇਹ ਜਿਹੜਾ ਵਜੂਦ ਨਹੀਂ ਕਹਿ ਰਹੇ ਨੇ, ਮੈਂ ਇੱਕੋ ਗੱਲ ਕਹਿੰਦਾ, ਜਾ ਕੇ ਪਿੰਡਾਂ 'ਚ ਕਹਿੰਦੇ ਨੇ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਇਓ, ਵੋਟ ਖਰਾਬ ਹੋਣੀ ਹੈ। ਜੇ ਇਹਨਾਂ ਨੂੰ ਡਰ ਆ ਤਾਂ ਇੰਨੀ ਗੱਲ ਕਹਿੰਦੇ ਨੇ, ਵਜੂਦ ਇਹਨਾਂ ਨੂੰ ਪਤਾ ਵਾ, ਅੰਦਰੋਂ ਜੜ੍ਹਾਂ ਹਿਲੀਆਂ ਪਈਆਂ। ਆਮ ਆਦਮੀ ਪਾਰਟੀ ਤੀਜਾ ਧਿਰ ਬਣ ਕੇ ਉਭਰੇਗੀ ਅਤੇ ਦੋਵਾਂ ਰਵਾਇਤੀ ਪਾਰਟੀਆਂ ਨੂੰ, ਇਹਨਾਂ ਨੂੰ ਮੂੰਹ ਤੋੜ ਲੋਕ ਜਵਾਬ ਦੇਣਗੇ, ਇਹਨਾਂ ਦੀਆਂ ਬੁੜੀਆਂ ਨੀਤੀਆਂ ਤੋਂ, ਝੂਠੇ ਲਾਰਿਆਂ ਤੋਂ। ਦੇਖੋ ਜੀ, ਇਹ ਸਾਡਾ ਜਿਹੜਾ ਹੈਗਾ, ਅੱਜ ਡੋਰ ਟੂ ਡੋਰ ਅਸੀਂ ਚੱਲੇ ਹਾਂ, ਨੌਜਵਾਨ ਮੁੰਡੇ, ਔਰ ਅਸੀਂ ਸਾਰੇ ਆਪਣੇ ਮੋਟਰਸਾਈਕਲਾਂ 'ਤੇ ਅੱਜ ਅਸੀਂ ਪਿੰਡਾਂ ਦੇ ਵਿੱਚ ਜਿੰਨੇ ਪਿੰਡ ਕੱਢ ਸਕਦੇ ਹਾਂ ਡੋਰ ਟੂ ਡੋਰ ਕੰਪੇਨ ਕਰਨ ਚੱਲੇ ਹਾਂ। ਔਰ ਇਹ ਬੜਾ ਉਤਸ਼ਾਹ ਨੌਜਵਾਨਾਂ ਦੇ ਵਿੱਚ, ਲੋਕਾਂ ਦੇ ਵਿੱਚ, ਕਿਸਾਨਾਂ ਦੇ ਵਿੱਚ, ਵਪਾਰੀਆਂ ਦੇ ਵਿੱਚ, ਮਜ਼ਦੂਰਾਂ ਦੇ ਵਿੱਚ, ਔਰ ਸਾਰੇ ਭਾਈਚਾਰਿਆਂ ਦੇ ਵਿੱਚ ਬੜਾ ਉਤਸ਼ਾਹ, ਕਿਉਂਕਿ ਪੀਟਰ ਚੀਦਾ ਜੀ ਸਾਡੇ ਲੋਕਲ ਕੈਂਡੀਡੇਟ ਨੇ, ਇਹ ਗੁਰਦਾਸਪੁਰ ਦੇ ਰਹਿਣ ਵਾਲੇ ਨੇ, ਨੌਜਵਾਨ ਆਗੂ ਨੇ, ਇਹਨਾਂ ਦੇ ਅੱਗੇ ਵੀ ਬਹੁਤ ਵਧੀਆ ਕੰਮ ਕੀਤੇ ਨੇ। ਔਰ ਬਾਕੀ ਜਿਹੜੇ ਕੈਂਡੀਡੇਟ ਨੇ, ਕਰੀਬ ਕਰੀਬ ਸਾਰੇ ਦੇ ਸਾਰੇ ਬਾਹਰੋਂ ਹੈ, ਕੋਈ ਬੰਬੇ ਤੋਂ ਹੈਗਾ, ਕੋਈ ਅਬੋਹਰ ਤੋਂ ਹੈਗਾ, ਅਤੇ ਪੀਟਰ ਮਸੀਹ ਜਿਹੜਾ ਹੈਗਾ ਸਾਡਾ ਹਰਮਨ ਪਿਆਰਾ ਨੇਤਾ, ਲੋਕਲ ਗੁਰਦਾਸਪੁਰ ਤੋਂ ਹੈਗਾ, ਇਹ ਗੁਰਦਾਸਪੁਰੀਆਂ ਲਈ 24 ਘੰਟੇ ਜਿਹੜਾ ਹੈਗਾ ਹਾਜ਼ਰ ਹੋਏਗਾ। ਸਾਡੇ ਹਲਕੇ 'ਚ ਕੋਈ ਨੁਕਸਾਨ ਨਹੀਂ ਹੈਗਾ, ਸਾਡੇ ਹਲਕੇ ਦਾ ਜਿਸ ਤਰ੍ਹਾਂ ਕਿ ਪਹਿਲਾਂ ਥੋੜ੍ਹਾ ਕਮਜ਼ੋਰ ਚੱਲਦਾ ਸੀ, ਹੁਣ ਤਾਂ ਬਹੁਤ ਜ਼ਿਆਦਾ ਉਤਸ਼ਾਹ ਹੈਗਾ। ਜਿੰਨਾ ਗੁਰਦਾਸਪੁਰ ਕਮਜ਼ੋਰ ਸੀਗਾ, ਗੁਰਦਾਸਪੁਰ ਉਹਨਾਂ ਉੱਪਰ ਉੱਠ ਕੇ ਆਇਆ ਹੈਗਾ। ਪੀਟਰ ਮਸੀਹ ਜੀ ਦੇ ਆਉਣ ਦੇ ਨਾਲ ਇੱਕ ਬੜਾ ਵੱਡਾ ਵੇਵ ਆਈ ਹੈ, ਕਰੰਟ ਆਈ ਹੈ ਨੌਜਵਾਨਾਂ ਦੇ ਵਿੱਚ ਔਰ ਬਾਕੀ ਭਾਈਚਾਰਿਆਂ ਦੇ ਵਿੱਚ, ਕਿਉਂਕਿ ਆਮ ਵਲੰਟੀਅਰ ਹੈਗਾ, ਗਰੀਬ ਪਰਿਵਾਰ 'ਚ ਪੈਦਾ ਹੋਇਆ ਹੈਗਾ, ਔਰ ਸਾਰਿਆਂ ਨੂੰ ਪਤਾ ਕਿ ਜਿਹੜਾ ਬੰਦਾ ਗਰੀਬ ਪਰਿਵਾਰ 'ਚੋਂ ਪੈਦਾ ਹੋਇਆ ਹੈਗਾ, ਉਹਨੂੰ ਸਮੱਸਿਆ ਦਾ ਪਤਾ ਹੋਏਗਾ, ਜਿਹਨੂੰ ਸਮੱਸਿਆ ਦਾ ਪਤਾ ਹੋਏਗਾ ਉਹਨੂੰ ਹੱਲ ਵੀ ਪਤਾ ਹੋਏਗਾ। ਸੋ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਗਰੀਬ ਪਰਿਵਾਰ ਦਾ, ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਪੀਟਰ ਮਸੀਹ ਜੀ ਦਾ, ਜਿਹਨੂੰ ਚੋਣ ਨਿਸ਼ਾਨ ਜਿਹੜਾ ਝਾੜੂਗਾ ਉਹਦਾ ਬਟਨ ਦਬਾ ਕੇ ਕਾਮਯਾਬ ਕਰੋ, ਤਾਂ ਜੀ ਅਸੀਂ ਗੁਰਦਾਸਪੁਰ ਦੀ ਆਵਾਜ਼ ਬਣਾ ਕੇ ਪੀਟਰ ਚੀਦਾ ਜੀ ਨੂੰ ਜਿਹੜਾ ਹੈਗਾ ਪਾਰਲੀਮੈਂਟ ਦੇ ਵਿੱਚ ਦਿੱਲੀ ਭੇਜੀਏ।